Waheguru, 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 Sat Naam Waheguru, Sat Naam Waheguru, Sat Naam, Sat Naam Waheguru, Sat Naam Waheguru, Sat Naam Waheguru, Sat Naam Waheguru, 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 Sat Naam Waheguru, Sat Naam Waheguru, Sat Naam Waheguru, Sat Naam Waheguru, 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 Waheguru. लख खुशियां पातशाहियां जे सतगुर नदर करे निमक ए हर नाम दे मेरा मन तन शीतल होए एक मन पुरख ते आए बरदाता संत सहा सदा बिखियाता तास चरण ने हृदय बसावो तो परम गुरु नानक गुण गावो तो परम गुरु नानक गुण गावो आनंद गुण निधान गुरु नानक प्रगटिया सतगुरु नानक प्रगटिया मिटे नंद जग चानण हो मिटे नंद जग चानण हो सतगुरु नानक प्रगटिया सतगुरु नानक प्रगटिया गुरु गरीब निवा गरीब निवा गरीब निवा तिन बेदियन की कुल दिखै दिन बेदिया कुल बिखै दिन बेदिया कुल बिखै. Many of the conflicts that we see, the death and destruction all over the world, would not be there. We need to follow his example of piousness, follow his example of equality, follow his example of humbleness if we are going to be able to get through these troubling times. Finally, let me say this. The Sikh community makes a huge contribution to the life of this country and this city. We now have a member of the Sikh community sitting on the Court of Appeal in London with a turban. We have so many members of the Sikh community now in the House of Commons and in the House of Lords, in public life, here in our health service, doctors, lawyers, accountants. The most important thing is our children, making sure our children get the best education that is possible. ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਵੱਖ ਮੁਲਕਾਂ 'ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ, ਧਾਰਮਿਕ ਸਮਾਗਮ ਕਰਾਇਆ ਜਾ ਰਿਹਾ। ਇਸ ਮੌਕੇ ਤੇ ਪ੍ਰਕਾਸ਼ ਪੁਰਬ ਨੂੰ ਸ਼ੁਭ ਰੱਖਦਿਆਂ ਅੱਜ ਇੱਥੇ ਬੈਨਿੰਗ ਹਾਲ ਦਾ ਵੀ ਜਿਹੜਾ ਆ ਉਦਘਾਟਨ ਕੀਤਾ ਗਿਆ। ਇੱਥੇ ਜਿਹੜੇ ਇੱਥੋਂ ਦੇ ਜੰਮਪਲ ਬੱਚੇ, ਉਹਨਾਂ ਦੇ ਬੱਚੇ ਨੇ ਜਿਹੜੇ ਵਿਆਹ ਸ਼ਾਦੀਆਂ ਕੀਤੇ ਜਾਣਗੇ। ਸਾਡੇ ਨਾਲ ਇਸ ਵੇਲੇ ਗੁਰੂ ਘਰ 'ਚ ਮੌਜੂਦ ਨੇ ਦੀਪਕ ਬਜਾਜ ਜੀ, ਜਿਹੜੇ ਇਲੈਕਟਰ ਦੇ ਸਾਬਕਾ ਲੋੜ ਮੇਅਰ ਨੇ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਆਗੂ ਨੇ। ਸਭ ਤੋਂ ਪਹਿਲਾਂ ਬਜਾਜ ਜੀ, ਤੁਹਾਡਾ ਅਜੀਤ WebTV 'ਤੇ ਸਵਾਗਤ ਹੈ ਜੀ। ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ? ਤੁਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆਏ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਦੇ ਜਿਹੜੇ ਸਾਰੇ ਵਿਊਅਰਸ ਹੈਗੇ ਆ, ਸਾਡੇ ਪੂਰੀ ਦੁਨੀਆ 'ਚ ਜਿਹੜੇ ਦੇਖ ਰਹੇ ਆ, ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਤੇ ਲੈਸਟਰ ਕੰਜ਼ਰਵੇਟਿਵ ਪਾਰਟੀ ਵੱਲੋਂ ਤੇ ਆਪਣੇ ਲੈਸਟਰ ਸਿਟੀ ਕਾਉਂਸਲ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ। ਆਪਣਾ ਜਿਹੜਾ ਅੱਜ ਵੈਡਿੰਗ ਹੋਲ ਦਾ ਤੇ ਆਪਣਾ ਲੰਗਰ ਹੋਲ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਜਿਹੜੇ ਕਿ ਤਕਰੀਬਨ 1.5 ਮਿਲੀਅਨ ਪਾਉਂਡ ਦੇ ਹਿਸਾਬ ਨਾਲ ਇਹ ਗੁਰੂ ਘਰ ਦੇ ਜਿਹੜੀ ਸਥਾਪਨਾ ਦੇ ਨਵਾਂ ਹੋਲ ਖੁੱਲਿਆ ਗਿਆ। ਇਹ ਸਾਰੇ ਭਰਾ ਭੈਣਾਂ ਨੇ ਮਿਲ ਜੁਲ ਕੇ, ਭਾਵਾਂ ਕਿਸੇ ਨੇ 1 ਪਾਉਂਡ ਦਿੱਤਾ, ਭਾਵਾਂ ਕਿਸੇ ਨੇ 10,000 ਦਿੱਤਾ, ਭਾਵਾਂ ਕਿਸੇ ਨੇ 20,000 ਦਿੱਤਾ, ਇਹ ਸਾਰਿਆਂ ਦੀ ਡੋਨੇਸ਼ਨਾਂ ਦੇ ਨਾਲ ਹੋਇਆ। ਤੇ ਇਹ ਜਿਹੜਾ ਆਪਣਾ ਵੈਡਿੰਗ ਹੋਲ ਬਣਾਇਆ ਗਿਆ, ਇਹ ਆਪਣੇ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਵੱਡੀ ਬਣਾਈ ਗਈ ਹੈ, ਇਹਨੂੰ ਹੋਰ ਅੱਗੇ ਵਧਾਉਣ ਵਾਸਤੇ, ਅੱਗੇ ਐਕਸਪੈਂਡ ਕਰਨ ਵਾਸਤੇ ਮੇਰੇ ਤੇ ਸਾਰਿਆਂ ਨਾਲ ਇੱਕ ਬੇਨਤੀ ਹੈ ਕਿ ਪਲੀਜ਼ ਆਉਣ ਵਾਲੇ ਸਮੇਂ ਦੇ ਵਿੱਚ ਜੇ ਵਿਆਹ ਸ਼ਾਦੀਆਂ ਰੱਖਣੀਆਂ, ਤੁਸੀਂ ਗੁਰੂ ਘਰ ਵਿੱਚ ਰੱਖਿਆ ਕਰੋ, ਜਿਸ ਨਾਲ ਆਪਣੇ ਗੁਰੂ ਘਰ ਦੀ ਸੇਵਾ ਹੁੰਦੀ ਹੈ ਤੇ ਆਪਣਾ ਜਿਹੜੀ ਗੁਰੂ ਪੰਥ ਹੈਗਾ ਉਹ ਅੱਗੇ ਵੱਧਦਾ, ਆਪਣਾ ਰਿਲੀਜਨ ਜਿਹੜਾ ਹੈਗਾ ਉਹ ਅੱਗੇ ਵੱਧਦਾ। ਤੇ ਇਹੀ ਬਸ ਸਾਡੇ ਨਾਲ ਸਾਰਿਆਂ ਨਾਲ ਬੇਨਤੀ ਹੈਗੀ ਹੈ ਮੇਰੀ। ਅਸਲ ਮੌਜੂਦ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਧਾਨ ਰਾਜਮਿੰਦਰ ਸਿੰਘ ਰਾਇਆ ਕੰਗ ਜੀ। ਕੰਗ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਗੁਰਪੁਰਬ ਦੀਆਂ ਬਹੁਤ ਵਧਾਈਆਂ ਜੀ। ਕੀ ਕਹਿਣਾ ਚਾਹੁੰਦੇ ਅੱਜ ਇਸ ਡੇਟ ਤੇ? ਅਜੀਤ ਦੇ WebTV ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਵੱਲੋਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਗੁਰਪੁਰਬ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਸੂਝ-ਬੂਝ ਬਖਸ਼ਿਸ਼ ਕਰਕੇ ਕਰਤਾਰਤ ਕਰਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜਿੰਨੀਆਂ ਵੀ ਪੰਜਾਬ ਤੋਂ ਬਾਹਰ ਬੈਠੀਆਂ ਵਾ, ਹਮੇਸ਼ਾ ਪੰਜਾਬ ਦੀਆਂ ਚੰਗੀਆਂ ਹਵਾਵਾਂ ਦੇ ਲਈ ਅਸੀਂ ਦੁਆਵਾਂ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਸਾਨੂੰ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਿਓ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼, ਉਹਨਾਂ ਦੀਆਂ ਸਿੱਖਿਆਵਾਂ ਘਰ ਘਰ ਤੱਕ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ WebTV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।